ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਵੱਲੋਂ ਜੰਮੂ ਕਟੜਾ ਹਾਈਵੇ ਦੇ ਨਾਮ ਤੇ ਕਿਸਾਨਾਂ ਅਨੁਸਾਰ ਧੱਕੇ ਨਾਲ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਸਬਦੀ 41 ਦਿਨਾਂ ਤੋਂ ਹਲਕਾ ਗਿੱਲ ਦੇ ਪਿੰਡ ਕੋਟ ਆਗਾ ਵਿੱਚ ਲੱਗੇ ਧਰਨੇ ਨੇ ਜਿੱਥੇ ਪ੍ਰਸ਼ਾਸਨ ਦੀ ਨੀਂਦ ਉਡਾਈ ਹੋਈ ਹੈ। ਉੱਥੇ ਕਿਸਾਨਾਂ ਵੱਲੋਂ ਹਲਕਾ ਗਿੱਲ ਦੇ ਮੌਜੂਦਾ ਵਿਧਾਇਕ ਜੀਵਨ ਸਿੰਘ ਸੰਘੋਵਾਲ ਦੀ ਰਾਹ ਧੱਕਦੇ ਕਰੀਬ 41 ਦਿਨ ਬਾਅਦ ਜਥੇਬੰਦੀ ਦੇ ਆਗੂ ਆਪਣੇ ਪੂਰੇ ਲਾਮ ਲਛਕਰ ਸਮੇਤ ਪਿੰਡ ਸੰਘੋਵਾਲ ਮੌਜੂਦਾ ਵਿਧਾਇਕ ਜੀਵਨ ਸਿੰਘ ਸੰਘੋਵਾਲ ਕੋਲ ਮੰਗ ਪੱਤਰ ਦੇਣ ਪਹੁੰਚੇ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਬਦਲਾਵ ਨੂੰ ਦੇਖਦੇ ਹੋਏ ਹਲਕਾ ਗਿੱਲ ਦੇ ਵਿਧਾਇਕ ਆਪਣੇ ਦਫ਼ਤਰ ਦੀ ਕੁਰਸੀ ਤੋਂ ਉੱਠ ਕੇ ਬਾਹਰ ਕਿਸਾਨਾਂ ਨਾਲ ਗੱਲਬਾਤ ਕਰਨ ਵੀ ਭਾਰੀ ਸਿਕਿਉਰਿਟੀ ਵਿੱਚ ਪਹੁੰਚੇ। ਮੌਜੂਦਾ ਸਰਕਾਰ ਦਾ ਬਦਲਾਵ ਦੇਖਦੇ ਹੋਏ ਮੌਜੂਦਾ ਵਿਧਾਇਕ ਜੀਵਨ ਸਿੰਘ ਸੰਘੋਵਾਲ ਨੇ ਲਗਾਤਾਰ ਪੱਤਰਕਾਰਾਂ ਤੋਂ ਵੀ ਦੂਰੀ ਬਣਾਈ ਰੱਖੀ। ਕਰੀਬ 100 ਟਰੈਕਟਰਾਂ ਦੇ ਕਾਫਲੇ ਵਿੱਚ 400 ਕਿਸਾਨਾਂ ਨੇ ਪੰਜਾਬ ਪ੍ਰਧਾਨ ਬਿਕਰ ਸਿੰਘ ਤੇ ਰੋਡ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਕੋਟਾਗਾ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕ ਸੰਘੋਵਾਲ ਰਾਹੀਂ ਮੰਗ ਪੱਤਰ ਦਿੱਤਾ। ਵਿਧਾਇਕ ਜੀਵਨ ਸਿੰਘ ਸੰਘੋਵਾਲ ਨੂੰ ਮੰਗ ਪੱਤਰ ਦੇਣ ਪਹੁੰਚੇ ਸੈਂਕੜੇ ਕਿਸਾਨਾਂ ਲਈ ਅੱਤ ਦੀ ਗਰਮੀ ਵਿੱਚ ਮੌਜੂਦਾ ਵਿਧਾਇਕ ਸੰਘੋਵਾਲ ਵੱਲੋਂ ਪੀਣ ਵਾਲੇ ਪਾਣੀ ਦਾ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਰਿਪੋਰਟ ਤਵਨਿੰਦਰ ਸਿੰਘ ਪਨੇਸਰ, ਪੱਤਰਕਾਰ, ਸੀਟੀ ਲਾਈਵ ਚੈਨਲ, ਲੁਧਿਆਣਾ। ਜਿਹੜਾ ਮੋਰਚਾ ਪੱਕਾ ਮੋਰਚਾ ਪਿੰਡ ਕੋਟ ਆਗਾ ਲੱਗਿਆ ਹੋਇਆ ਤੇ ਅੱਜ 40ਵੇਂ ਦਿਨ ਚ ਦਾਖਲ ਹੋ ਚੁੱਕਿਆ ਵਾ। ਸੋ ਭਰਾਵੋ, ਇਹ ਜਿਹੜੀ ਲੜਾਈ ਆ ਇਹ ਕੱਲੀ 40 ਦਿਨਾਂ ਤੋਂ ਨਹੀਂ ਲੜ ਰਹੇ, ਇਹ ਲੜਾਈ ਨੂੰ ਸਾਨੂੰ ਲੜਦਿਆਂ ਸੰਘਰਸ਼ ਕਰਦਿਆਂ ਤਕਰੀਬਨ 2 ਸਾਲ ਹੋ ਚੱਲੇ ਨੇ। ਸੋ 2 ਸਾਲ ਤੋਂ ਪਹਿਲੀ ਜਿਹੜੀ ਸਰਕਾਰ ਸੀ ਉਹਦੇ ਵੱਲੋਂ ਅਤੇ ਹੁਣ ਵਾਲੀ ਸਰਕਾਰ ਵੱਲੋਂ ਸਿਰਫ ਲਾਰੇ ਅਤੇ ਝੂਠੇ ਵਾਅਦੇ ਕਰੇ ਜਾ ਰਹੇ ਨੇ ਕਿਸਾਨਾਂ ਦੇ ਨਾਲ, ਉਹਨਾਂ ਨਾਲ ਭੱਦੇ ਮਜ਼ਾਕ ਕਰੇ ਜਾ ਰਹੇ ਨੇ। ਪਰ ਲੋਕਾਂ ਦੇ ਏਕੇ ਵਿੱਚ ਬੜੀ ਸ਼ਕਤੀ ਹੁੰਦੀ ਆ, ਲੋਕਾਂ ਦੇ ਲੋਕਤੰਤਰ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਆ। ਇਸੇ ਏਕੇ ਨਾਲ ਸਰਕਾਰਾਂ ਦੀ ਕੁੰਭਕਰਨੀ ਦੀ ਜਿਹੜੀ ਨੀਂਦ ਸੁੱਤੇ ਪਏ ਉਹਨਾਂ ਨੂੰ ਵੀ ਜਗਾਵਾਂਗੇ ਅਤੇ ਆਪਦੇ ਹੱਕ ਆ ਜਿਹੜੇ ਏਕੇ ਨਾਲ ਸੰਘਰਸ਼ ਦੇ ਰਾਹ ਪੈ ਕੇ ਅਸੀਂ ਆਪਦੇ ਹੱਕ ਵੀ ਲਵਾਂਗੇ। ਅਸੀਂ ਜਬਰੀ ਜ਼ਮੀਨਾਂ 'ਤੇ ਕਬਜ਼ੇ ਜਿਹੜੇ ਆ ਉਹ ਨਹੀਂ ਹੋਣ ਦੇਵਾਂਗੇ। ਅਸੀਂ ਸਾਰੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਬੀਬੀਆਂ, ਭੈਣਾਂ, ਬੱਚੇ ਜਿਹੜੇ ਰਲ ਕੇ ਜਿਹੜਾ ਨਾਅਰਾ ਦਿੱਤਾ ਵਾ, ਬੱਚਾ ਬੱਚੀ ਝੋਕ ਦਿਆਂਗੇ, ਜ਼ਮੀਨਾਂ 'ਤੇ ਕਬਜ਼ੇ ਰੋਕ ਦਿਆਂਗੇ, ਇਹਦੇ ਤਹਿਤ ਅਸੀਂ ਆਪਦੇ ਹੱਕ ਆ ਜਿਹੜੇ ਉਹ ਲੜ ਕੇ ਸੰਘਰਸ਼ ਦੇ ਰਾਹ ਪੈ ਕੇ ਜ਼ਰੂਰ ਲਵਾਂਗੇ। ਮੰਗ ਪੱਤਰ ਦੇ ਵਿੱਚ ਕੀ ਕੀ? ਮੰਗ ਪੱਤਰ ਦੇ ਵਿੱਚ ਇਹੀ ਹੈ ਜੋ ਪੰਜਾਬ ਗੌਰਮੈਂਟ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਨੇ ਸੈਂਟਰ ਗੌਰਮੈਂਟ ਦੇ ਪ੍ਰੋਜੈਕਟਾਂ ਲਈ, ਜੋ ਕਿ ਧੱਕੇ ਨਾਲ ਆਪਦੀ ਮਨਮਰਜ਼ੀ ਨਾਲ ਕਾਨੂੰਨ ਨੂੰ ਉੱਥੋਂ ਪਰੋਖੇ ਕਰਕੇ ਘੱਟ ਰੇਟਾਂ ਉੱਤੇ ਜਬਰੀ ਅਕਵਾਇਰ ਕੀਤੀਆਂ ਗਈਆਂ ਨੇ, ਉਸ ਦਾ ਜੋ ਬਣਦਾ ਮੁੱਲ ਲੈਣ ਲਈ ਅਤੇ ਰਸਤੇ ਅਤੇ ਪਾਣੀ ਜੋ ਵੀ ਅੱਗੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਲਈ MLA ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ। ਆਪਣੇ ਪ੍ਰਧਾਨ ਸਾਹਿਬ, ਜਿਵੇਂ ਕਿ ਤੁਹਾਨੂੰ 41ਵਾਂ ਦਿਨ ਹੋ ਚੁੱਕਿਆ ਇਹ ਕਿਸਾਨ ਧਰਨੇ ਦਾ, ਅਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਟਸ ਤੋਂ ਮਸ ਨਹੀਂ ਹੋ ਰਹੀਆਂ, ਇਹਦੇ ਬਾਰੇ ਤੁਸੀਂ ਸਰਕਾਰਾਂ ਨੂੰ ਕੀ ਕਹਿਣਾ ਚਾਹ ਰਹੇ? ਸਰਕਾਰਾਂ ਸਾਨੂੰ ਜਿਸ ਦਿਨ ਆਮ ਘਰ ਦਾ ਮੁੰਡਾ CM ਭਗਵੰਤ ਮਾਨ ਬਣਿਆ, ਬੜੀ ਆਸ ਸੀਗੀ ਬਈ ਭਗਵੰਤ ਮਾਨ ਆਮ ਲੋਕਾਂ ਦੇ ਦੁੱਖ ਦਰਦ ਸੁਣੂ, ਪਰ ਹੁਣ ਸਾਨੂੰ ਪਤਾ ਲੱਗ ਰਿਹਾ ਜਿਵੇਂ ਇਹ ਆਮ ਹੀ ਲੈਕਚਰ ਦਿੰਦਾ, ਹੂਟਰ ਵਜਾ ਵਜਾ ਦਿਖਾਉਂਦਾ ਹੁੰਦਾ ਸੀ ਵੀ ਜਿਹੜੇ ਇਹ ਲੀਡਰ ਨੇ ਪਹਿਲੇ ਜੋ ਕਾਂਗਰਸ ਜਾਂ ਅਕਾਲੀ, ਇਹ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਇਲੈਕਸ਼ਨ ਵੇਲੇ ਵੀ ਆ ਜਾਓ ਨੇੜੇ ਨੂੰ ਆ ਜਾਓ, ਉਸ ਤੋਂ ਬਾਅਦ ਇਹ ਹੂਟਰ ਮਾਰ ਮਾਰ ਸੁਣਾਉਂਦਾ ਹੁੰਦਾ ਸੀ ਵੀ ਫਿਰ ਕਹਿੰਦੇ ਭੱਜੋ ਭੱਜੋ। ਭਗਵੰਤ ਮਾਨ ਦੀ ਵੀ ਉਹੀ ਚੀਜ਼ ਆ, ਇਹ ਵੀ ਹੁਣ ਜਿਵੇਂ ਮੁਕਤਸਰ ਦੌਰੇ 'ਤੇ ਗਿਆ ਉੱਥੇ ਇੰਨੀ ਫੋਰਸ ਲਾ ਤੀ ਆਮ ਪਬਲਿਕ ਨੂੰ ਵੀ ਸਾਡੇ ਨੇੜੇ ਨਾ ਆਉਣ ਦਿੱਤਾ ਜਾਵੇ। ਇਸ ਤੋਂ ਅੱਗੇ ਤੁਹਾਡਾ ਕੀ ਪਲੈਨ ਆ? ਇਸ ਤੋਂ ਅੱਗੇ ਪਲੈਨ ਇਹ ਆ, ਪੱਕਾ ਮੋਰਚਾ ਸਾਡਾ ਚੱਲ ਰਿਹਾ, ਪਹਿਲਾਂ MLA ਸਾਹਿਬਾਨਾਂ ਨੂੰ ਮੰਗ ਪੱਤਰ ਦੇਵਾਂਗੇ ਜ਼ਿਲ੍ਹੇ ਦੇ ਲੁਧਿਆਣੇ ਦੇ ਜਿੰਨੇ ਵੀ ਨੇ, ਜੇ ਨਹੀਂ ਵੀ ਟਸ ਤੋਂ ਮਸ ਹੋਣਗੇ ਅੱਗੇ ਫਿਰ ਜਥੇਬੰਦੀਆਂ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਦੇ। 40 ਦਿਨਾਂ ਦੇ ਵਿੱਚ MLA ਸਾਹਿਬ ਨੇ ਤੁਹਾਡੇ ਤੱਕ ਪਹੁੰਚ ਕੀਤੀ ਆ ਜਾਂ ਆਪਾਂ ਜਾ ਰਹੇ ਹਾਂ ਉਹਨਾਂ ਤੱਕ? ਨਹੀਂ ਜੀ, ਕੋਈ ਪਹੁੰਚ ਨਹੀਂ ਕੀਤੀ। ਜਿਵੇਂ ਕਿ ਪਹਿਲੀਆਂ ਸਰਕਾਰਾਂ ਵੇਲੇ ਸੁਖਬੀਰ ਬਾਦਲ ਹੋਣੀ ਕਹਿੰਦੇ ਸੀ ਵੀ ਇਹ ਧਰਨੇ ਮੁਜ਼ਾਹਰੇ ਕਰਨ ਵਾਲੇ ਤਾਂ ਵਿਹਲੜ ਲੋਕ ਨੇ, ਪਰ ਜਿਸ ਦਿਨ ਆਪ ਸਰਕਾਰ ਤੋਂ ਬਾਹਰ ਹੋਇਆ ਸੁਖਬੀਰ ਬਾਦਲ ਬੈਠਾ ਹੀ ਧਰਨੇ ਲਾਈ, ਉਸੇ ਤਰ੍ਹਾਂ ਆਮ ਸਰਕਾਰ ਦੇ ਵੀ ਜਿਹੜੇ MLA ਵਗੈਰਾ ਨੇ ਇਹਨਾਂ ਨੇ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਮੰਨੀ, ਪਰ ਇਹ ਵੀ ਉਸੇ ਤਰ੍ਹਾਂ ਕੁੰਭਕਰਨੀ ਨੀਂਦ ਪੈ ਰਹੇ ਸੁੱਤੇ ਪੈ ਰਹੇ। ਜਿਵੇਂ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦੇ ਸੀ ਮਹਿਲ 'ਚੋਂ ਨਹੀਂ ਨਿਕਲਦਾ,
ਇਹਨਾਂ ਨੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਜਾ ਕੇ ਜ਼ਿਮੀਦਾਰਾਂ ਦੀ ਸਾਰ ਲਈਏ। ਅੱਜ ਕਿਸਾਨ ਭਰਾ ਆਪਦਾ ਮੈਮੋਰੈਂਡਮ ਲੈ ਕੇ ਆਏ ਨੇ, ਜੋ ਉਹਨਾਂ ਨਾਲ ਉਹਨਾਂ ਨੇ ਮੰਗਾਂ ਦਿੱਤੀਆਂ ਨੇ ਬਿਲਕੁਲ ਜਾਇਜ਼ ਮੰਗਾਂ ਨੇ। ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਜਦੀ ਸਰਕਾਰ ਸਾਡੀ ਬਣੀ ਆ, ਦਿੱਲੀ 'ਚ ਧਰਨਾ ਸੀ ਉਦੋਂ ਵੀ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਜਿੰਨੇ ਸਾਡੇ MLA ਸੀਗੇ ਸਾਰੇ ਉੱਥੇ ਇਹਨਾਂ ਦੀ ਸੇਵਾ 'ਚ ਹਾਜ਼ਰ ਰਹੇ ਨੇ। ਹੁਣ ਵੀ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਹਾਂ, ਜਿੰਨੀ ਦੇਰ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਹਨਾਂ ਦੇ ਨਾਲ ਹਾਂ। ਸਰ, ਜਿੰਨੀਆਂ ਵੀ ਮੰਗਾਂ ਭਗਵੰਤ ਮਾਨ ਜੀ ਕੋਲ ਪਹਿਲਾਂ ਕਿਸਾਨ ਲੈ ਕੇ ਗਏ ਨੇ ਸਭ ਪੂਰੀਆਂ ਕਰਤੀਆਂ ਨੇ। ਇਹ ਸੈਂਟਰ ਸਰਕਾਰ ਨੇ, ਅਸੀਂ ਸੈਂਟਰ ਸਰਕਾਰ ਤੱਕ ਇਹ ਪਹੁੰਚਦੀ ਇਹਨਾਂ ਦੀ ਮੰਗ ਕਰਾਂਗੇ ਜ਼ਰੂਰ, ਇਹਨਾਂ ਦੇ ਹੱਕ ਇਹਨਾਂ ਨੂੰ ਲੈ ਕੇ ਦੇਵਾਂਗੇ।